ਗੁੱਡੀ ਮੇਰੀ ਇੱਥੇ ਵਿਆਹੀ ਇਹਨਾਂ ਨੂੰ ਇਹਨਾਂ ਨੇ ਮੇਰਾ ਬਸਨ ਸਿੰਘ ਹੈ ਬਸਨ ਜੀ ਕੀ ਹੋਇਆ ਇਹ ਮੇਰੀ ਗੁੱਡੀ ਇਹਨਾਂ ਵੱਲ ਵਿਆਹੀ ਇਹਨਾਂ ਨੇ ਬੜਾ ਤੰਗ ਕੀਤਾ ਹੋਇਆ ਆ ਜਿਹੜਾ ਪੈਸਾ ਮੰਗਦਾ ਕਦੀ ਇਹਨੂੰ ਪੈਸੇ ਦਿੰਦੇ ਆ ਕਦੀ ਇਹਨੂੰ ਕੁਛ ਮੰਗਦਾ ਕਦੀ ਜੋ ਇਹਨੇ ਸਮਾਨ ਦਿੱਤਾ ਸਾਰਾ ਵੇਚੀ ਜਾਂਦਾ ਕਿੰਦਰ ਅੱਜ ਕੀ ਹੋਇਆ ਅੱਜ ਤਾਂ ਸਾਨੂੰ ਪਤਾ ਸੀ ਇਹਦੇ ਮਿਲਣਾ ਆ ਚੇਚੇ ਇਹ ਤਾਂ ਸਾਨੂੰ ਬੁੱਢੀਆਂ ਦੇ ਰਾਹ 'ਚ ਦੱਸਿਆ ਵੀ ਇੱਥੇ ਸਕੂਟਰੀ ਖਿਲਾ ਲਓ ਉਹਨੇ ਕਹਾ ਜਿਹਾ ਮੁੰਡਾ ਸੀ ਸਾਡਾ ਪੋਤਰਾ ਨਾਲ ਉਹਨੂੰ ਕਹਿੰਦੇ ਇੱਥੇ ਖਿਲਾ ਲਾਇਆ ਕਿਤੇ ਵੇਖ ਡਿੱਗ ਨਾ ਜਾਏ ਤੇ ਉੱਥੇ ਮੈਂ ਇੱਥੇ ਖਲੋਤੇ ਤੇ ਕੁੜੀ ਤੁਸੀਂ ਕਿੱਥੇ ਰਹਿਣ ਵਾਲੇ ਅਸੀਂ ਰੋਡ ਖੜੇ ਦੇ ਵਿਆਹ ਕਿੰਨੀ ਦੇਰ ਪਹਿਲਾਂ ਹੋਇਆ ਸੀ ਨੋ ਨੀ ਰਫਾ ਕਿਤੋਂ ਹੋਇਆ ਉਹਦੇ ਤੋਂ ਮਗਰੋਂ ਹੋਇਆ ਤੂੰ ਇਹਦਾ 10 ਮਹੀਨੇ ਗਾਰੰਟੀ ਨਾਲ ਸਾਲ ਦਾ ਜਾਂ 2 ਡੇਢ ਸਾਲ ਦਾ ਦੋ ਸਾਲਾਂ ਦੇ ਵਿੱਚ ਵਿੱਚ ਹੀ ਆ ਲੜਾਈ ਅੱਗੇ ਵੀ ਹੁੰਦੀ ਸੀ ਅੱਗੇ ਵੀ ਹੋਈ ਆ ਕਈ ਵਾਰੀ ਇਹ ਪੈਣ ਜੋ ਬਿੱਲ ਨਹੀਂ ਤਾਰਦੇ ਉਹ ਤਾਂ ਅਸੀਂ ਲੱਗੇ ਲੈ ਕੇ ਉੱਥੇ ਸਾਡੇ ਕੋਲ ਰਹਿ ਗਈ ਆ ਅਸੀਂ ਸੂਟ ਆਪਣੇ ਕੋਲੋਂ ਦਿੱਤੇ ਆਇਆ ਜੁੱਤੀਆਂ ਅੱਜ ਇਹਨੂੰ ਮੈਂ ਜੁੱਤੀਆਂ ਪਾ ਕੇ ਦੇਣ ਨੂੰ ਆਇਆ ਆ ਵੀ ਪਾ ਦਿੰਦੇ ਆ ਤੈਨੂੰ ਇੱਥੇ ਤਾਂ ਅਸੀਂ ਸਾਨੂੰ ਬੁੱਢੀਆਂ ਨੇ ਬਾਹਰ ਦੱਸਿਆ ਵੀ ਗਾਂ ਜਾਇਆ ਉਹਨਾਂ ਮੁੰਡੇ ਨੂੰ ਰੋਕ ਲਿਆ ਸਾਨੂੰ ਉੱਥੇ ਰਾਹ ਚ ਦੋਨੋਂ ਪਰਿਵਾਰ ਵਾਲੇ ਘਰ ਸੀਗੇ ਜਾਂ ਨਹੀਂ ਆਪ ਇੱਥੇ ਹੀ ਘਰੇ ਹੀ ਮੁੰਡਾ ਵੀ ਉਹਦਾ ਪਿਓ ਵੀ ਆ ਗਿਆ ਉਸ ਵੇਲੇ ਸਰਪੰਚ ਹੁਣੀ ਆ ਜਿਹੜੇ ਆ ਦੂਜੇ ਮਿੰਦੇ ਹੁਣੀ ਸਾਰੀ ਖਲੋਤੇ ਨਹੀਂ ਤਾਂ ਇਤਨਾ ਫਲਣਾ ਅਸੀਂ ਤਾਂ ਉਹਨੂੰ ਭੈਣ ਪੈਸਾ ਭੇਜਦੇ ਇੰਨਾ ਜਿਹੜਾ ਕੁਝ ਆਪ ਨਹੀਂ ਕਦੀ ਮੰਗੇ ਜਿੰਨੇ ਮੰਗੇ ਮੇਰੇ ਕੋਲ ਨਹੀਂ ਦਿੰਦਾ ਉਹਨੂੰ ਸਾਡੀ ਸਿਸਟਰ ਨੂੰ ਨਾ ਸਹੁਰੇ ਨੇ ਸੱਸ ਉਹਦੀ ਨੇ ਤੇ ਘਰ ਵਾਲੇ ਨੇ ਭੈਣਾਂ ਉਹਦੀ ਨੇ ਫਾਹ ਦੇ ਕੇ ਮਾਰਤਾ ਵਾ ਥੱਲੇ ਕੁਰਸੀ ਭਾਈ ਡੱਠੀ ਨਹੀਂ ਚੀਆਂ ਤਾਂ ਉਹ ਤਾਂ ਤੁਸੀਂ ਜਾ ਕੇ ਵੇਖ ਸਕਦੇ ਜੋ ਅਤੇ ਰਾਤੀ ਅਸੀਂ ਬੜੇ ਵਧੀਆ ਆਏ ਪਹਿਲਾਂ ਤਿੰਨ ਚਾਰ ਮਿਲ ਕੇ ਗਏ ਹਾਂ ਤੇ ਮਨੇੜੇ ਵੇਖਿਆ ਤੁਹਾਨੂੰ ਪਹੁੰਚਾ ਗੁਰਦੁਆਰਾ ਉਹ ਤਾਂ ਆਉਂਦੇ ਗੁਰਦੁਆਰੇ ਕਿੱਦਾਂ ਚੱਲ ਗਈ ਕਿਤੋਂ ਗੁਰਦੁਆਰੇ ਗਈ ਹੁੰਦੀ ਤਾਂ ਫਾਹ ਕਿਤਾ ਲੈ ਆਣ ਉਹਨੇ ਉਹਨੂੰ ਫਾਹ ਦੇ ਤਾ ਭਾਅ ਜੀ ਇਸੇ ਕਰਕੇ ਵੇਖੋ ਤੁਹਾਡੀ ਸੁਣਵਾਈ ਹੋਣੀ ਚਾਹੀਦੀ ਹੈ ਕਿੰਨੀ ਦੇਰ ਮੈਰਿਜ 3 ਸਾਲ ਹੋ ਗਏ ਭਾਅ ਜੀ ਹੁਣ ਮੈਰਿਜ ਨੂੰ ਹੋਈ ਤੇ ਇੱਕ ਨਿੱਕੀ ਜਿਹੀ ਕੁੜੀ ਹੈ ਸਾਲ ਦੀ ਵੀ ਨਹੀਂ ਹੋਈ ਕੁੜੀ ਚਿੱਟਾ ਵਿਹਲਾ ਵਾ ਇੱਕ ਦਿਨ ਲਾਉਂਦਾ ਚਾਰ ਦਿਨ ਘਰ ਰਹਿੰਦਾ ਵਾ ਇਹ ਘਰੇਲੂ ਸਰ ਝਗੜਾ ਕਦੀ ਉਹਨੂੰ ਆਉਂਦਾ ਵੀ ਦਾਜ ਲਿਆ ਪਿੰਡੋਂ ਕਦੀ ਆਉਂਦਾ ਕਾਰ ਲੈ ਕੇ ਦੇ ਮੋਟਰਸਾਈਕਲ ਲੈ ਕੇ ਦੇ ਸਾਨੂੰ ਭਰਾ ਉਹਦਾ ਇੱਕ ਫੌਜੀ ਆ ਤੇ ਉਹ ਵੀ ਕਹਿੰਦਾ ਉਹਨੂੰ ਘਲਾ ਆਉਂਦਾ ਸਾਡੇ ਪਿੰਡ ਕੋਟਕੋਟ ਕੁੜੀ ਸਾਡੀ ਨੂੰ ਉਹ ਲੈ ਗਿਆ ਸਮਾਨ ਨਹੀਂ ਸਰ ਸਾਨੂੰ ਇਹੋ ਜਾਂਦਾ ਵੀ ਸਾਨੂੰ ਸੁਣਵਾਈ ਸਾਡੀ ਹੋ ਜਾਵੇ ਸਾਡੀ ਭੈਣ ਦੀ ਸਰ ਇੱਕੋ ਕੁੜੀ ਆ ਅਸੀਂ ਸਾਲ ਦੀ ਵੀ ਨਹੀਂ ਹੋ ਜੇ 8-9 ਮਹੀਨੇ ਦੀ ਹਾਂਜੀ ਅੱਗੇ ਹੁੰਦੀ ਆ ਸਾਡੇ ਪਿੰਡ ਰਹਿੰਦੇ ਰਹੇ 10-10 ਦਿਨ ਸਾਡੇ ਘਰ ਰਹਿੰਦੇ ਰਹੀ ਆ ਸਰ ਸਾਡੀ ਸੁਣਵਾਈ ਹੋਣੀ ਚਾਹੀਦੀ ਨਾਲ ਸਾਰੇ ਟੱਪਣ ਅੰਦਰ ਨਾਲ ਕਢਾਉਣਾ ਚਾਹੀਦਾ ਬਸ ਸਾਡੀ ਇਹੋ ਮੰਗ ਆ ਅੱਜ ਸਾਡੇ ਕੋਲ ਸੁਬਹ ਇਨਫੋਰਮੇਸ਼ਨ ਆਈ ਸੀ ਕਿ ਰਾਜਵੰਤ ਕੌਰ ਪਤਨੀ ਰਵਿੰਦਰ ਸਿੰਘ ਵਾਸੀ ਪਿੰਡ ਦਾਬਾਂਵਾਲ ਜਿਸ ਨੇ ਫਾਹ ਲੈ ਕੇ ਉਹਦੀ ਮੌਤ ਹੋ ਗਈ ਸੀ ਔਰ ਇਸ ਦੇ ਸੰਬੰਧ ਵਿੱਚ ਲੜਕੀ ਦਾ ਜੋ ਪੇਕਾ ਪਰਿਵਾਰ ਆ ਉਹ ਵੀ ਇੱਥੇ ਪਿੰਡ ਵਿੱਚ ਆਇਆ ਆ ਔਰ ਅਸੀਂ ਉਹਨਾਂ ਦੇ ਬਿਆਨ ਲੈ ਕੇ ਜੋ ਕਿ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਹਾਂ ਸਰ ਆਤਮ ਹੱਤਿਆ ਦਾ ਕੀ ਕਾਰਨ ਲੱਗਦਾ ਇਹ ਵੈਰੀਫਾਈ ਕਰਾਂਗੇ ਜੋ ਪੋਸਟਮਾਰਟਮ ਰਿਪੋਰਟ ਆਉਂਦਾ ਆ ਰਿਪੋਰਟ ਆਏਗਾ ਉਹਦੇ ਵਿੱਚ ਜੋ ਅੱਗੇ ਫਾਈਂਡਿੰਗਸ ਹੋਣਗੀਆਂ ਬਾਕੀ ਜੋ ਪੀੜਿਤ ਪਰਿਵਾਰ ਦਾ ਬਿਆਨ ਹੈ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ ਸੈਕਸ਼ਨ ਲੱਗ ਗਈ ਹੈ ਜੀ ਲੱਗਣੀ ਹੈ ਨਹੀਂ ਅਜੇ ਉਹਨਾਂ ਦਾ ਬਿਆਨ ਲੈ ਰਹੇ ਹਾਂ ਜੀ ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਆਚਾਰੀਆ ਸੰਪਰਕ ਕਰੋ 9-696-00-755 ਪਤਾ ਫਗਵਾੜਾ ਪੰਜਾਬ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਖੋਇਆ ਪਿਆਰ ਵਾਪਸ ਪਾਉਣਾ ਲਵ ਮੈਰਿਜ ਸੌਦਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਬਿਮਾਰੀ 'ਚ ਦਵਾ ਨਾ ਲੱਗਣਾ ਵਿਦੇਸ਼ 'ਚ ਪੱਕਾ ਹੋਣਾ ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ 9-699-00-755